ਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਲੋਹੜੀ ਤੋਂ ਪਹਿਲਾਂ ਹੀ ਚਾਈਨਾ ਡੋਰ ਦੇ ਨਾਲ ਨੌਜਵਾਨਾਂ ਦੇ ਵੱਲੋਂ ਗੁੱਡੀਆਂ ਜਿਹੜੀਆਂ ਨੇ ਉਹ ਉਡਾਈਆਂ ਜਾ ਰਹੀਆਂ ਨੇ। ਤਾਂ ਪਹਿਲਾ ਮਾਮਲਾ ਅਲਫਾ 1 ਦੇ ਬਿਲਕੁਲ ਸਾਹਮਣੇ ਤੋਂ ਆਇਆ ਸੀ, ਜਿੱਥੇ ਕਿ ਇੱਕ ਨੌਜਵਾਨ ਦੇ ਡੋਰ ਲੱਗਣ ਦੇ ਨਾਲ ਜਿਹੜੀ ਪੂਰੀ ਧੌਣ ਆ ਉਹ ਕੱਟੀ ਜਾਂਦੀ ਹੈ, ਜਿਸ ਤੋਂ ਬਾਅਦ 10 ਟਾਂਕੇ ਵੀ ਉਸਦੇ ਲੱਗਦੇ ਨੇ। ਤਾਂ ਜਿਸ ਤੋਂ ਬਾਅਦ ਹੁਣ ਸਮਾਜ ਸੇਵਕ ਜਥੇਬੰਦੀਆਂ ਅੱਗੇ ਆਈਆਂ ਨੇ, ਤਾਂ ਉਹਨਾਂ ਦੇ ਵੱਲੋਂ ਅੱਜ ਪ੍ਰੋਟੈਕਸ਼ਨ ਗਾਰਡ ਜਿਹੜੇ ਨੇ ਮੋਟਰਸਾਈਕਲਾਂ ਤੇ ਫ੍ਰੀ ਲਗਾਏ ਜਾ ਰਹੇ ਨੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਚਾਈਨਾ ਡੋਰ ਦਾ ਕੋਈ ਵੀ ਮਾਮਲਾ ਸਾਹਮਣੇ ਨਾ ਆਵੇ ਤਾਂ ਨਾ ਹੀ ਕੋਈ ਜ਼ਖਮੀ ਹੋਵੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਨੋਵਲਟੀ ਸਵੀਟਸ ਦੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਪਏ ਹਾਂ, ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਇਹ ਮੋਟਰਸਾਈਕਲਾਂ ਦੇ ਉੱਪਰ ਸੇਫਟੀ ਗਾਰਡ ਜਿਹੜੇ ਨੇ ਲਗਾਏ ਜਾ ਰਹੇ ਨੇ, ਤਾਂ ਜੋ ਚਾਈਨਾ ਡੋਰ ਜੇਕਰ ਕਿਸੇ ਦੇ ਵੱਜਦੀ ਵੀ ਆ ਤਾਂ ਉਹ ਪਹਿਲਾਂ ਗਾਰਡ ਦੇ ਨਾਲ ਵੱਜੇਗੀ। ਤਾਂ ਤੁਸੀਂ ਵੇਖ ਸਕਦੇ ਹੋ ਕਿ ਫ੍ਰੀ ਆਫ ਕੋਸਟ ਜਿਹੜੇ ਇਹ ਸੇਫਟੀ ਗਾਰਡ ਨੇ ਉਹ ਲਗਾਏ ਜਾ ਰਹੇ ਨੇ, ਜਿਸ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ। ਤਾਂ ਅਸੀਂ ਗੱਲਬਾਤ ਵੀ ਸਾਂਝੀ ਕਰਦੇ ਹਾਂ। ਤਾਂ ਭਾੜੀਆ ਸਾਹਿਬ, ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਜਿਹੜੇ ਇਹ ਸੇਫਟੀ ਗਾਰਡ ਨੇ ਮੋਟਰਸਾਈਕਲਾਂ ਦੇ ਉੱਪਰ ਲਗਾਏ ਜਾਣ? ਸਾਡੇ ਸਾਥੀ ਹੈ ਜੀ ਰਿਤੇਸ਼, ਉਹਨਾਂ ਨੇ ਆਈਡੀਆ ਗੁਜਰਾਤ ਦੇ ਵਿੱਚੋਂ ਉਹਨਾਂ ਨੂੰ ਮਿਲਿਆ ਸੀ ਤੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਪ੍ਰੋਤਸਾਹਨ ਦਿੱਤਾ, ਇਨਸਪਾਇਰ ਕੀਤਾ ਤੇ ਉੱਥੋਂ ਮੰਗਾਇਆ ਵੈ ਤੇ ਅੱਜ ਦੀ ਕੜੀ ਦੇ ਵਿੱਚ ਜਿਹੜਾ ਵੈ ਅੱਜ ਪ੍ਰੈਕਟੀਕਲ ਫਾਰਮ ਦੇ ਵਿੱਚ ਅਸੀਂ ਲੋਕਾਂ ਨੂੰ ਪ੍ਰੋਟੈਕਸ਼ਨ ਗਾਰਡ ਲਗਾ ਰਹੇ ਹਾਂ। ਔਰ ਖਾਸ ਕਰਕੇ ਡੇਲੀ ਵੇਜਰਸ ਅਸੀਂ ਦੇਖ ਰਹੇ ਹਾਂ, ਜਿਹੜੇ ਲੋਕ ਜ਼ੋਮੈਟੋ ਦਾ, ਪਿੱਗੀ ਦਾ ਜਾਂ ਹੋਰ ਕੋਈ ਜਿਹੜੇ ਡੇਲੀ ਆਪਣੀ ਜਾਨ ਖਤਰੇ ਚ ਪਾ ਕੇ ਸੜਕਾਂ ਤੇ ਰਹਿੰਦੇ ਨੇ, ਅਸੀਂ ਉਹਨਾਂ ਨੂੰ ਇਹ ਵਾਲੇ ਪ੍ਰੋਟੈਕਸ਼ਨ ਗਾਰਡ ਜਿਹੜੇ ਲਗਾਵਾਂਗੇ। ਤਾਂ ਕਿਸ ਤਰ੍ਹਾਂ ਮੋਟਰਸਾਈਕਲ ਦੇ ਉੱਪਰ ਲਗਾਏ ਜਾ ਰਹੇ ਨੇ? ਇਹ ਪੇਚ ਨਾਲ ਦੋਵੇਂ ਪਾਸੇ ਲੱਗ ਜਾਂਦਾ ਵੈ, ਜਦੋਂ ਵੀ ਡੋਰ ਆਏਗੀ ਡੋਰ ਇੱਥੇ ਇੱਥੇ ਅੜ ਜਾਏਗੀ, ਇੱਥੇ ਟੁੱਟ ਜਾਏਗੀ ਤੇ ਜਿਹੜਾ ਜਿਹੜਾ ਵੀ ਰਾਈਡ ਕਰ ਰਿਹਾ ਵੈ ਉਹਦੀ ਜਿਹੜੀ ਆ ਜਾਨ ਆ ਉਹ ਖਤਰੇ ਚੋਂ ਬਚ ਜਾਏਗੀ, ਉਹਦੀ ਗਲੇ ਤੇ ਨਹੀਂ ਫਿਰੇਗੀ, ਉਹਦੀ ਕਿਤੇ ਹੋਰ ਨਹੀਂ ਫਿਰੇਗੀ, ਇਸ ਕਰਕੇ ਇਹਨੂੰ ਲਗਾਇਆ ਜਾ ਰਿਹਾ ਪ੍ਰੋਟੈਕਸ਼ਨ ਗਾਰਡ ਦੇ ਰੂਪ ਚ। ਕਿੰਨੇ ਜਿਹੜੇ ਪ੍ਰੋਟੈਕਸ਼ਨ ਗਾਰਡ ਨੇ ਪਰ ਇਹਦੀ ਲਗਾਤਾਰਤਾ ਦੇ ਵਿੱਚ ਅਸੀਂ ਜਾਰੀ ਰੱਖਾਂਗੇ ਅਭਿਆਨ। ਤਾਂ ਤੁਹਾਡੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਵੀ ਜਿਹੜੀ ਆਵਾਜ਼ ਚੁੱਕੀ ਜਾ ਰਹੀ ਆ? ਦੇਖੋ, ਮੈਂ ਪ੍ਰਸ਼ਾਸਨ ਦਾ ਪਾਰਟ ਐਂਡ ਪਾਰਸਲ ਹਾਂ, ਮੈਂ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਚਾਈਨਾ ਡੋਰ ਵੇਚਦੇ ਨੇ ਉਹਨਾਂ ਨੂੰ ਇਹੀ ਕਹਾਂਗਾ ਕਿ ਜਿਹੜੀ ਇਹਦੀ ਵਿਕਰੀ ਬੰਦ ਕਰ ਦਿਓ। ਪ੍ਰਸ਼ਾਸਨ ਜਿਹੜਾ ਵੈ ਬਹੁਤ ਸਖ਼ਤ ਕਾਰਵਾਈ ਕਰ ਰਿਹਾ ਵੈ, ਜਿਹਦੇ ਕੋਲੋਂ ਵੀ ਚਾਈਨਾ ਡੋਰ ਫੜੀ ਜਾਂਦੀ ਪਈ ਹੈ ਉਹ ਕਿਸੇ ਤਰ੍ਹਾਂ ਦੀ ਵੀ ਕੋਈ ਗੁੰਜਾਇਸ਼ ਨਾ ਰੱਖੇ ਕਿ ਜੇ ਕੋਈ ਲੋਕਾਂ ਦੀ ਜਾਨ ਖਤਰੇ 'ਚ ਪਾ ਗਿਆ ਡੋਰ ਨੂੰ ਵੇਚੇਗਾ, ਫਿਰ ਉਹਦੇ ਤੇ ਲੀਗਲ ਕਾਰਵਾਈ ਵੀ ਪ੍ਰਸ਼ਾਸਨ ਵੱਲੋਂ ਅਮਲ 'ਚ ਲਿਆਂਦੀ ਜਾਏਗੀ। ਤਾਂ ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ, ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਸੇਫਟੀ ਗਾਰਡ ਨੇ ਉਹ ਇਸ ਕਰਕੇ ਲਗਾਏ ਜਾ ਰਹੇ ਨੇ, ਅਕਸਰ ਹੀ ਲੋਹੜੀ ਤੋਂ ਪਹਿਲਾਂ ਜਿਹੜੀ ਚਾਈਨਾ ਡੋਰ ਆ ਉਹ ਰਾਸਤਿਆਂ ਦੇ ਵਿੱਚ ਹੁੰਦੀ ਹੈ, ਤਾਂ ਜਿਸ ਕਰਕੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਜ਼ਖਮੀ ਹੋ ਜਾਂਦੇ ਨੇ। ਤਾਂ ਨੌਜਵਾਨ ਜ਼ਖਮੀ ਨਾ ਹੋਣ ਤਾਂ ਉਸ ਨੂੰ ਲੈ ਕੇ ਹੁਣ ਸਮਾਜ ਸੇਵਕ ਜਥੇਬੰਦੀਆਂ ਅੱਗੇ ਆਈਆਂ ਨੇ। ਤਾਂ ਭਾਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਲਾਰੈਂਸ ਰੋਡ ਤੇ, ਤਾਂ ਸੇਫਟੀ ਗਾਰਡ ਤੁਹਾਡੇ ਵੱਲੋਂ ਖੁਦ ਜਿਹੜੇ ਨੇ ਉਹ ਮੋਟਰਸਾਈਕਲਾਂ ਦੇ ਉੱਪਰ ਲਗਾਏ ਜਾ ਰਹੇ ਨੇ? ਸਰ, ਮੇਰਾ ਨਾਮ ਧੀਰਜ ਗਿੱਲ ਆ, ਮੈਂ ਨੈਨ ਗਲੋਬਲ ਫਾਊਂਡੇਸ਼ਨ ਦਾ ਅਧਿਆਕਸ਼ ਹਾਂ। ਸਾਡੀ ਐਨਜੀਓ ਵੱਲੋਂ ਟਾਈਮ ਟਾਈਮ ਤੇ ਕੁਝ ਜਨ ਹਿੱਤ ਦੇ ਕੰਮ ਕੀਤੇ ਜਾ ਰਹੇ ਆ। ਲੋਹੜੀ ਆਉਣ ਤੋਂ ਪਹਿਲਾਂ ਹੀ ਚਾਈਨਾ ਡੋਰ ਆ ਜਾਂਦੀ ਆ, ਲੋਕਾਂ ਦੀ ਜਾਨ ਦਾ ਖਤਰਾ ਵਾ। ਮੇਰੇ ਖਿਆਲ 'ਚ ਇੱਕ ਪਰਸਨ ਜਿਹਦੇ ਚੋੜ ਲੱਗ ਜਾਵੇ ਉਹਦਾ ਪੂਰਾ ਪਰਿਵਾਰ ਦੇ ਚੋੜ ਲੱਗ ਜਾਂਦੀ ਆ, ਰੋਟੀ ਤੋਂ ਅਬਜ ਹੁੰਦਾ, ਕਿਉਂਕਿ ਇਹ ਦਿਹਾੜੀਦਾਰ ਬੰਦੇ ਜ਼ਿਆਦਾਤਰ ਬਾਈਕ ਤੇ ਜਮਾਟੋ ਸੀਗੀ ਵਾਲੇ ਸਾਰਾ ਦਿਨ ਹੀ ਫਿਰਦੇ ਰਹਿੰਦੇ ਆ। ਮੈਂ ਚਾਹੁੰਦਾ ਕਿ ਗਵਰਨਮੈਂਟ ਨੂੰ ਮੇਰੇ ਵੱਲੋਂ ਅਪੀਲ ਆ ਕਿ ਤੁਸੀਂ ਛੋਟੇ ਛੋਟੇ ਚਲੋ ਜਿਹੜੇ ਫੜ ਰਹੇ ਹੋ, ਮੇਰੇ ਖਿਆਲ ਤੇ ਸਿੱਧਾ ਫੈਕਟਰੀਆਂ ਤੇ ਛਾਪਾ ਮਾਰੋ ਜਿੱਥੋਂ ਇਹ ਡੋਰ ਬਣ ਰਹੀ ਆ, ਵੱਡੇ ਮਗਰਮੱਛ ਫੜੇ ਜਾਣ ਜਿਨ੍ਹਾਂ ਨਾਲ ਬਚਾਅ ਹੋ ਜੇ, ਤੇ ਜਿਹੜੇ ਖਰੀਦ ਵੀ ਰਹੇ ਆ ਮੇਰੇ ਖਿਆਲ 'ਚ ਉਹਨਾਂ ਨੂੰ ਵੀ ਫੜਨਾ ਚਾਹੀਦਾ ਵਾ, ਜੇ ਮੰਗ ਹੀ ਨਹੀਂ ਹੋਏਗੀ ਤਾਂ ਸਪਲਾਈ ਕਿੱਥੋਂ ਜਾਏਗੀ। ਤਾਂ ਜੇਕਰ ਅਸੀਂ ਗੱਲ ਕਰੀਏ ਚਾਈਨਾ ਡੋਰ ਜਿਹੜੀ ਆ ਰਹੀ ਆ, ਤਾਂ ਚਾਈਨਾ ਡੋਰ ਹੋਰ ਕਿਸੇ ਵਰਤੋਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਮਛਲੀਆਂ ਦੇ ਜਿਹੜੇ ਜਾਲ ਬਣਦੇ ਨੇ ਤਾਂ ਉਹਨੂੰ ਲੈ ਕੇ ਵਰਤੀ ਜਾਂਦੀ ਆ, ਪਰ ਕੁਝ ਨੌਜਵਾਨ ਇਸ ਦਾ ਗਲਤ ਇਸਤੇਮਾਲ ਕਰਦੇ ਪਏ ਨੇ। ਸਰ, ਦੇਖੋ, ਲੋਕੀ ਮਜ਼ਾ ਲੈਣ ਦੇ ਵਿੱਚ ਵੇਖੋ ਇਹ ਡੋਰ ਨੂੰ ਯੂਜ਼ ਕਰਦੇ ਆ, ਪਰ ਮਜ਼ੇ ਦੇ ਵਿੱਚ ਲੋਕਾਂ ਨੂੰ ਸਜ਼ਾ ਮਿਲ ਰਹੀ ਆ, ਪਰਿਵਾਰ ਦੇ ਪਰਿਵਾਰ ਉਜੜ ਗਏ, ਲੋਕਾਂ ਦੇ ਮੂੰਹ ਪਾੜ ਗਏ, ਗਲੇ ਪਾੜ ਗਏ ਆ। ਖੂਨੀ ਡੋਰ ਵੀ ਕਿਹਾ ਜਾਂਦਾ, ਖੂਨੀ ਡੋਰ ਹੀ ਆ ਸਰ, ਹੈ ਹੀ ਖੂਨੀ ਡੋਰ, ਇਹਨੂੰ ਚਾਈਨਾ ਡੋਰ ਕਹਿਣਾ ਹੀ ਨਹੀਂ ਚਾਹੀਦਾ, ਇਹਨੂੰ ਖੂਨੀ ਡੋਰ ਹੀ ਕਹਿਣਾ ਚਾਹੀਦਾ। ਐਡਾ ਸੁਰੱਖਿਆ ਗਾਰਡ ਆ, ਦੇਖੋ ਇਹਦੇ ਵਿੱਚ ਜਦੋਂ ਡੋਰ ਆਏਗੀ ਇੱਥੇ ਫਸ ਜਾਏਗੀ, ਸਾਰਿਆਂ ਦੀ ਸੇਫਟੀ ਹੋਏਗੀ, ਇਹਦੇ ਨਾਲ ਹੀ ਟੁੱਟ ਜਾਏਗੀ, ਬਹੁਤ ਮਜ਼ਬੂਤ ਹੈਗਾ। ਹਾਂਜੀ,
ਸਰ ਮੈਸੇਜ ਆਇਆ ਵਾ ਕਿ ਮੇਰੇ ਹਿਸਾਬ ਨਾਲ ਪਬਲਿਕ ਨੂੰ ਅਪੀਲ ਆ ਕਿ ਤੁਸੀਂ ਯੂਜ਼ ਨਾ ਹੀ ਕਰੋ, ਸਾਨੂੰ ਵੀ ਆ ਗਾਰਡ ਲਾਉਣ ਦੀ ਜ਼ਰੂਰਤ ਹੀ ਨਾ ਪਵੇ ਤੇ ਗੌਰਮੈਂਟ ਨੂੰ ਵੀ ਕੁਛ ਨਾ ਕਰੇ ਲੋਕ। ਮੇਰੇ ਖਿਆਲ ਚ ਅਪੀਲ ਆ ਕਿ ਲੋਕੀ ਇਹਨਾਂ ਉਡਾਣ ਹੀ ਨਾ, ਪਹਿਲੋਂ ਮਾਝਾ ਡੋਰ ਨਾ ਉਡਾਣ, ਆਪਣਾ ਸ਼ੌਂਕ ਪੂਰੇ ਕਰਨ। ਪਰ ਜੇਕਰ ਅਸੀਂ ਗੱਲ ਕਰੀਏ ਨੌਜਵਾਨਾਂ ਦਾ, ਨੌਜਵਾਨ ਨਹੀਂ ਇਸ ਗੱਲ ਨੂੰ ਸਮਝਦੇ, ਉਹਨਾਂ ਦਾ ਕਹਿਣਾ ਕਿ ਆਮ ਡੋਰ ਜਿਹੜੀ ਆ ਉਹ ਬੇਕਾਰ ਹੋ ਚੁੱਕੀ ਆ ਤਾਂ ਚਾਈਨਾ ਡੋਰ ਦੇ ਨਾਲ ਹੀ ਉਹਨਾਂ ਨੂੰ ਹੁਣ ਆਦਤ ਪੈ ਚੁੱਕੀ ਆ ਪਤੰਗਾਂ ਉਡਾਉਣ ਦੀ। ਸਰ ਜਿਹੜੇ ਨਹੀਂ ਸਮਝਦੇ ਪਏ, ਮੈਂ ਇੱਕ ਗੱਲ ਕਹਾਂ, ਜਿਹੜੀ ਡੋਰ ਹੈਗੀ ਉਹਨੇ ਨਹੀਂ ਦੇਖਣਾ ਕਿ ਆਹ ਕੌਣ ਹੈਗਾ ਵਾ, ਜਦ ਤੱਕ ਗੋਲੀ ਨਹੀਂ ਦੇਖਦੀ। ਔਰ ਉਹ ਹੀ ਨੌਜਵਾਨ ਜਦੋਂ ਗੁੱਡੀ ਉਡਾ ਰਿਹਾ ਉਹਦੀ ਕੋਈ ਫੈਮਿਲੀ ਦੇ ਸੱਟ ਲੱਗੇਗੀ, ਉਹਨੂੰ ਤਦ ਪਤਾ ਲੱਗੇਗਾ ਕਿ ਇਹਨਾਂ ਨੁਕਸਾਨ ਹੋ ਰਿਹਾ ਵਾ। ਤੁਸੀਂ ਵੇਖਿਆ ਕਿ ਅਸੀਂ ਲਗਾਤਾਰ ਗੱਲਬਾਤ ਕੀਤੀਆਂ, ਫਿਲਹਾਲ ਨਾਲ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੀ ਚਾਈਨਾ ਡੋਰ, ਜਿਹੜੀ ਖੂਨੀ ਡੋਰ, ਜਿਹੜੀ ਹਵਾ ਨੇ, ਤਾਂ ਕਾਫੀ ਸਾਰੇ ਨੌਜਵਾਨ ਜਿਹੜੇ ਨੇ ਲਗਾਤਾਰ ਜ਼ਖਮੀ ਹੋ ਰਹੇ ਨੇ। ਤਾਂ ਦੂਸਰੀ ਤਰਫ ਤੇ ਤਸਵੀਰ ਤੁਹਾਡਾ ਸਾਂਝੀ ਕਰਦੇ ਪਿਆ, ਹੁਣ ਐਕਟਿਵਾ ਦੇ ਉੱਪਰ ਵੀ ਜਿਹੜਾ ਇਸ ਸੇਫਟੀ ਗਾਰਡ ਨੂੰ ਫਿੱਟ ਕਰਨ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ। ਤਾਂ ਗੱਲਬਾਤ ਕਰਦੇ ਹਾਂ, ਤਾਂ ਕੀ ਨਾਮ ਭਾਈ ਆਪਣਾ? ਮੇਰਾ ਨਾਮ ਵੀਰ ਜੀ ਕਰਨ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਐਕਟਿਵਾ ਦੇ ਉੱਪਰ ਜਿਹੜਾ ਸੇਫਟੀ ਗਾਰਡ ਲੱਗਦਾ ਪਿਆ ਚਾਈਨਾ ਡੋਰ ਤੋਂ ਬਚਣ ਦੇ ਲਈ? ਭਾਜੀ ਬਹੁਤ ਵਧੀਆ ਹੈ, ਬਹੁਤ ਵਧੀਆ ਉਪਰਾਲਾ ਕਰਦੇ ਪਏ ਆ ਜਿਹੜਾ ਸੇਫਟੀ ਗਾਰਡ ਲਾ ਰਹੇ ਆ, ਠੀਕ ਹੈ। ਬਾਕੀ ਚਾਈਨਾ ਡੋਰ ਦੀ ਇਸ ਤਰ੍ਹਾਂ ਸੇਫਟੀ ਹੋ ਜੇ ਤੇ ਬਹੁਤ ਵਧੀਆ ਹੈ। ਜਿਸ ਤਰ੍ਹਾਂ ਬੰਦ ਤੇ ਸਰਕਾਰ ਚਲੋ ਨਹੀਂ ਕਰ ਸਕਦੀ, ਕਿਉਂਕਿ ਪਿੱਛੋਂ ਜਿਹੜੀ ਫੈਕਟਰੀ ਉਹਦੇ ਹੋਰ ਵੀ ਬੜੇ ਕੰਮ ਹੁੰਦੇ ਆ ਭਾਜੀ, ਇਹਦੇ ਨਾਲ ਸਟਿਚਿੰਗ ਵੀ ਕਰਦੇ ਆ, ਹੋਰ ਵੀ ਬੜੇ ਕੰਮ ਕਰਦੇ ਨੇ। ਇਹ ਚਾਈਨਾ ਡੋਰ ਜਿਹੜੀ ਆ ਪ੍ਰੋਪਰ ਬੰਦ ਨਹੀਂ ਹੋ ਸਕਦੀ ਵੀਰ ਜੀ, ਜੇ ਚਾਈਨਾ ਡੋਰ ਪ੍ਰੋਪਰ ਬੰਦ ਹੋਵੇ ਪਿੱਛੋਂ ਤੇ ਫੇਰ ਜਾ ਕੇ ਬੰਦ ਹੋਣੀ ਆ। ਤੇ ਮੈਂ ਤੇ ਇਹੀ ਕਹਿਣਾ ਵਾ ਕਿ ਜਿਹੜੀ ਆਮ ਡੋਰ ਆ ਉਹ ਸਗੋਂ ਬੈਸਟ ਆ, ਸਗੋਂ ਸਾਰਿਆਂ ਨਾਲੋਂ ਬੈਸਟ ਆ। ਉਹਦੇ ਨਾਲ ਕਾਈਟ ਫਲਾਇੰਗ ਕਰੋ, ਉਸ ਤਰ੍ਹਾਂ ਨਾਲ ਫਲਾਇੰਗ ਕਰੋ। ਤੁਹਾਡਾ ਕਹਿਣ ਦਾ ਮਤਲਬ ਆ ਕਿ ਆਮ ਡੋਰ ਜੇਕਰ ਮੋਟਰਸਾਈਕਲ ਦੇ ਉੱਪਰ ਵੱਜੇਗੀ ਤਾਂ ਉਹ ਧਾਗਾ ਹੁੰਦਾ ਜਲਦ ਹੀ ਟੁੱਟ ਜਾਂਦਾ? ਨਹੀਂ ਨਹੀਂ ਵੀਰ ਜੀ, ਇਹ ਕਹਿਣ ਦੀ ਗੱਲ ਆ। ਵੇਖੋ ਹੁਣ ਕਿਸੇ ਨੇ 16 ਤਾਰੀ ਡੋਰ ਲਵਾਈ ਹੋਊਗੀ ਤੇ ਉਹ ਕਿਸ ਤਰ੍ਹਾਂ ਟੁੱਟ ਜੂਗੀ? ਉਹਨੂੰ ਵੀ ਕੱਚ ਲੱਗਾ ਹੁੰਦਾ ਵੀਰ ਜੀ। ਜਿਹਨੇ ਫਿਰਨਾ ਨਾ, ਜੇ ਆਪਾਂ ਤੇਜ਼ ਜਾ ਰਹੇ ਹੋਵਾਂਗੇ ਨਾ ਤੇ ਉਹਨੇ ਫਿਰ ਕੇ ਹੀ ਲੰਘਣਾ, ਠੀਕ ਆ। ਹੁਣ ਭਾਵੇਂ ਤੁਸੀਂ ਧਾਗਾ ਬੰਦ ਹੋ ਗਿਆ ਨਾ ਨਿਕਾਇਆ ਰਾਸਤੇ ਦੇ ਵਿੱਚ, ਜੇ ਉਹ ਜਦੋਂ ਫਿਰਨਾ ਹੈ ਉਹਨੇ ਹੀ ਫਿਰ ਜਾਣਾ ਵੀਰ ਜੀ। ਕਦੇ ਵੀ ਵੇਖਿਓ ਘਰ ਦੇ ਵਿੱਚ ਤੁਸੀਂ ਧਾਗਾ ਲਾ ਕੇ ਉਹਨੂੰ ਖਿੱਚੋਗੇ ਤੇ ਉਹਨੇ ਹੀ ਫਿਰ ਜਾਣਾ ਵੀਰ ਜੀ। ਹਾਂਜੀ, ਸੇਫਟੀ ਗਾਰਡ ਦੇ ਨਾਲ ਬਚਾਅ ਹੋਏਗਾ? ਬਿਲਕੁਲ ਭਾਜੀ ਹੋਏਗਾ, ਜਿਸ ਤਰ੍ਹਾਂ ਸੇਫਟੀ ਗਾਰਡ ਲਗਾਇਆ ਗਿਆ ਵਾ ਬਹੁਤ ਅੱਛੇ ਤਰੀਕੇ ਦੇ ਨਾਲ ਲਗਾਇਆ ਗਿਆ। ਜਦੋਂ ਵੀ ਡੋਰ ਕੋਈ ਵੀ ਡਿੱਗੇਗੀ ਸਿੱਧੀ ਡਾਇਰੈਕਟ ਨਹੀਂ ਡਿੱਗੇਗੀ, ਇਹਦੇ ਤੋਂ ਉੱਛਲ ਕੇ ਤੇ ਪਰਾ ਚੱਲ ਜਾਏਗੀ ਵੀਰ ਜੀ। ਤਾਂ ਤੁਸੀਂ ਵੇਖਿਆ ਕਿ ਸਮਾਜ ਸੇਵਕ ਜਥੇਬੰਦੀਆਂ ਦੇ ਵੱਲੋਂ ਪੂਰੇ ਜਿਹੜੇ ਸੇਫਟੀ ਗਾਰਡ ਲਵਾਏ ਜਾ ਰਹੇ ਨੇ, ਤਾਂ ਨੌਜਵਾਨ ਵੀ ਇਸ ਸੇਫਟੀ ਗਾਰਡ ਤੋਂ ਖੁਸ਼ ਦਿਖਾਈ ਦੇ ਰਹੇ ਨੇ। ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਧਾਗੇ ਵਾਲੀ ਡੋਰ ਹੋਵੇ ਜਾਂ ਫਿਰ ਚਾਈਨਾ ਡੋਰ ਹੋਵੇ, ਜਿਹੜੀ ਵੀ ਡੋਰ ਉਹਨਾਂ ਦੇ ਉੱਪਰ ਪਵੇਗੀ ਤਾਂ ਉਹ ਪਹਿਲਾਂ ਸੇਫਟੀ ਗਾਰਡ ਤੇ ਵੱਜੇਗੀ, ਜਿਸ ਤੋਂ ਬਾਅਦ ਉਹਨਾਂ ਦੀ ਜਾਨ ਜਿਹੜੀ ਆ ਉਹ ਬਚੇਗੀ। ਤਾਂ ਨੌਜਵਾਨਾਂ ਨੂੰ ਵੀ ਮੈਸੇਜ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਹੜੀ ਦਾ ਤਿਉਹਾਰ ਮਨਾਇਆ ਜਾਣਾ ਤਾਂ ਉਹ ਚਾਈਨਾ ਡੋਰ ਦੇ ਨਾਲ ਨਾ ਮਨਾਇਆ ਜਾਵੇ, ਸਗੋਂ ਜਿਹੜੀ ਪੁਰਾਣੀ ਪੁਰਾਤਨ ਡੋਰ ਜਿਹੜੀ ਮਾਝੇ ਵਾਲੀ ਚੱਲਦੀ ਆ ਰਹੀ ਆ ਤਾਂ ਉਸ ਦੇ ਨਾਲ ਹੀ ਪਤੰਗਬਾਜ਼ੀ ਕੀਤੀ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਕੋਈ ਇਹੋ ਜਿਹੀ ਘਟਨਾ ਨਾ ਹੋ ਸਕੇ। ਜਗਬਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ, ਅੰਮ੍ਰਿਤਸਰ।